ਸਤਿ ਸ਼੍ਰੀ ਅਕਾਲ ਪੀਐਨਸੀੰਦੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਇਸ ਸਮੇਂ ਅਸੀਂ ਜਾਣਕਾਰੀ ਉਹਨਾਂ ਦੇ ਵਾਸਤੇ ਸਾਂਝੀ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਕੋਪੀਆਰ ਮਿਲ ਗਈ ਹੈ ਤੇ ਕੈਨੇਡਾ ਦੇ ਬਾਹਰਲੇ ਮੁਲਕਾਂ ਦੇ ਵਿੱਚ ਮੌਜੂਦ ਨੇ ਜੋ ਕੈਨੇਡਾ ਸਰਕਾਰ ਨੇ ਤਾਜ਼ਾ ਐਲਾਨ ਕੀਤਾ ਸੀ ਕਿ 21 ਜੂਨ ਤੋਂ ਇਜਾਜ਼ਤ ਦੇ ਦਿੱਤੀ ਸੀ ਕਿ ਕੋਪੀਆਰ ਵਾਲੇ ਨੇ ਜਿਹੜੇ ਯਾਨੀ ਕਿ ਜਿਨ੍ਹਾਂ ਨੂੰ ਪੀਆਰ ਦੇ ਵਾਸਤੇ ਕਨਫਰਮੇਸ਼ਨ ਮਿਲ ਗਈ ਹੈ ਕਿ ਉਹ ਕੈਨੇਡਾ ਦੇ ਪੀਆਰ ਹੋ ਚੁੱਕੇ ਨੇ ਜਿਸ ਤੋਂ ਬਾਅਦ ਉਹ ਕੈਨੇਡਾ ਦੇ ਵਿੱਚ ਦੋ ਦਾਖਲ ਹੁੰਦੇ ਨੇ ਉਸ ਸਮੇਂ ਉਹਨਾਂ ਨੂੰ ਪੀਆਰ ਕਾਰਡ ਮਿਲਦਾ ਤੇ ਅੱਗੇ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਪਰ ਜਦੋਂ 21 ਜੂਨ ਨੂੰ ਹੁਣ ਇਜਾਜ਼ਤ ਮਿਲੀ ਹੈ ਕਿ ਕੈਨੇਡਾ ਵਿੱਚ ਕੋਪੀਆਰ ਵਾਲੇ ਆ ਸਕਦੇ ਨੇ ਜਿਨ੍ਹਾਂ ਦੇ ਉੱਤੇ ਰੋਕ ਉਦੋਂ ਤੋਂ ਜਾਰੀ ਸੀ ਜਦੋਂ ਟਰੈਵਲ ਨੂੰ ਲੈ ਕੇ ਰੋਕ ਲਗਾਈ ਗਈ ਸੀ ਕੈਨੇਡਾ ਸਰਕਾਰ ਦੇ ਵੱਲੋਂ ਸਾਲ 2020 ਦੇ ਵਿੱਚ ਮਾਰਚ ਮਹੀਨੇ ਤਾਂ ਉਸ ਤੋਂ ਬਾਅਦ ਕੋਪੀਆਰ ਵਾਲੇ ਆ ਨਹੀਂ ਸੀ ਸਕੇ ਪਰ ਹੁਣ ਇਹ ਹੋਇਆ ਹੈ ਕਿ ਵੱਡੀ ਗਿਣਤੀ ਦੇ ਵਿੱਚ ਕੋਪੀਆਰ ਵਾਲੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਉਹ ਅਜੇ ਹੈ ਨਹੀਂ ਜਿਨ੍ਹਾਂ ਦਾ ਉਹ ਡਾਕੂਮੈਂਟ ਐਕਸਪਾਇਰ ਹੋ ਗਿਆ ਜਦੋਂ ਟਰੈਵਲ ਰੋਕ ਸੀ ਉਹ ਉਸ ਕਰਕੇ ਨਹੀਂ ਸੀ ਆ ਸਕੇ ਤਾਂ ਫਿਰ ਹੁਣ ਜਦੋਂ ਇਜਾਜ਼ਤ ਮਿਲ ਗਈ ਹੈ ਟਰੈਵਲ ਦੀ ਤਾਂ ਕੋਪੀਆਰ ਐਕਸਪਾਇਰ ਹੋਣ ਕਰਕੇ ਉਹ ਕੈਨੇਡਾ 'ਚ ਦਾਖਲ ਨਹੀਂ ਹੋ ਸਕਦੇ। ਉਹਨਾਂ ਦੇ ਵਾਸਤੇ ਇਨਸਟਰਕਸ਼ਨ ਜਾਰੀ ਕਰਨ ਦਾ ਛੇਤੀ ਹੀ ਐਲਾਨ ਇਮੀਗ੍ਰੇਸ਼ਨ ਵਿਭਾਗ ਨੇ ਕੀਤਾ ਸੀ ਜੋ ਅੱਜ ਜਾਰੀ ਕਰ ਦਿੱਤੀਆਂ ਗਈਆਂ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਪੀਆਰ ਜਿਨ੍ਹਾਂ ਦੀ ਐਕਸਪਾਇਰ ਹੋਈ ਹੈ ਉਹਨਾਂ ਦੇ ਨਾਲ ਇਮੀਗ੍ਰੇਸ਼ਨ ਵਿਭਾਗ ਤੋਂ ਅਧਿਕਾਰੀ ਦੇ ਵੱਲੋਂ ਉਸੇ ਈਮੇਲ ਦੇ ਉੱਤੇ ਜਿਸ ਈਮੇਲ ਦੇ ਰਾਹੀਂ ਤੁਸੀਂ ਸ਼ੁਰੂ ਤੋਂ ਆਪਣੇ ਸਾਰੇ ਕਾਗਜ਼ਾਤ ਦਾ ਕੰਮ ਕਰਵਾ ਰਹੇ ਸੀ ਤੇ ਫਾਈਲ ਆਪਣੀ ਅਪਲਾਈ ਕੀਤੀ ਸੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਤੁਹਾਨੂੰ ਉਸ ਈਮੇਲ ਦੇ ਉੱਤੇ ਆਉਂਦੀ ਸੀ ਉਸੇ ਈਮੇਲ ਦੇ ਉੱਤੇ ਸੰਪਰਕ ਕੀਤਾ ਜਾਵੇਗਾ ਜਿਸ ਦੇ ਵਿੱਚ ਜੋ ਦੁਬਾਰਾ ਤੋਂ ਮੈਡੀਕਲ ਕਰਵਾਉਣ ਦੇ ਵਾਸਤੇ ਕਿਹਾ ਜਾ ਸਕਦਾ ਹੈ ਤੇ ਨਾਲ ਹੀ ਹੋਰ ਕਈ ਡਾਕੂਮੈਂਟ ਜਿਹੜੇ ਕਿ ਹੁਣ ਤੱਕ ਅਪਡੇਟ ਹੋ ਗਏ ਹੋਣਗੇ ਨਵੇਂ ਡਾਕੂਮੈਂਟ ਮੰਗੇ ਜਾ ਸਕਦੇ ਨੇ ਜਿਸ ਤੋਂ ਬਾਅਦ ਜੋ ਕੋ ਪੀ ਆਰ ਹੈ ਦੁਬਾਰਾ ਤੋਂ ਡਾਕੂਮੈਂਟ ਦਿੱਤਾ ਜਾ ਸਕਦਾ ਹੈ ਉਹਨਾਂ ਨੂੰ ਜਿਨ੍ਹਾਂ ਦੀ ਐਕਸਪਾਇਰ ਹੋ ਗਈ ਹੈ ਕੋ ਪੀ ਆਰ ਪਰ ਇੱਥੇ ਇਮੀਗ੍ਰੇਸ਼ਨ ਵਿਭਾਗ ਨੇ ਖਾਸ ਤੌਰ ਦੇ ਉੱਤੇ ਇਹ ਵੀ ਕਿਹਾ ਕਿ ਜਦੋਂ ਇਮੀਗ੍ਰੇਸ਼ਨ ਦੇ ਅਧਿਕਾਰੀ ਦੇ ਵੱਲੋਂ ਤੁਹਾਨੂੰ ਈਮੇਲ ਕੀਤੀ ਜਾਂਦੀ ਹੈ ਤੇ ਜੇਕਰ ਉਸ ਈਮੇਲ ਦਾ ਸਮੇਂ ਸਿਰ ਰਿਪਲਾਈ ਨਹੀਂ ਕੀਤਾ ਜਾਂਦਾ ਕਿ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਦਾ ਤਾਂ ਉਸ ਤੋਂ ਬਾਅਦ ਤੁਹਾਡੀ ਫਾਈਲ ਨੂੰ ਬੰਦ ਕਰ ਦਿੱਤਾ ਜਾਵੇਗਾ ਤਾਂ ਫਿਰ ਜਿਨ੍ਹਾਂ ਦੀ ਉਹ ਕੋਪੀਆ ਐਕਸਪਾਇਰ ਹੋਈ ਹੈ ਤੇ ਫਿਰ ਮੁੜ ਤੋਂ ਉਹ ਕੋਪੀਆ ਡਾਕੂਮੈਂਟ ਉਹਨਾਂ ਨੂੰ ਉਦੋਂ ਹੀ ਮਿਲ ਸਕੇਗਾ ਜਦੋਂ ਉਹ ਦੁਬਾਰਾ ਤੋਂ ਪੀਆਰ ਲਗਾਉਣਗੇ ਤੇ ਪੀਆਰ ਦੀ ਸ਼ੁਰੂ ਤੋਂ ਲੈ ਕੇ ਜਿੰਨੀ ਵੀ ਪ੍ਰਕਿਰਿਆ ਹੈ ਸ਼ੁਰੂ ਤੋਂ ਹੋਵੇਗੀ ਜਿਸ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਜੇਕਰ ਤੁਸੀਂ ਇਮੀਗ੍ਰੇਸ਼ਨ ਦੇ ਅਧਿਕਾਰੀ ਦੇ ਵੱਲੋਂ ਕੀਤੀ ਗਈ ਈਮੇਲ ਦਾ ਜਵਾਬ ਨਹੀਂ ਦਿੰਦੇ ਤਾਂ ਉਸ ਤੋਂ ਬਾਅਦ ਉਸ ਫਾਈਲ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਆਉਣ ਦੀ ਭਵਿੱਖਾ ਦੇ ਵਿੱਚ ਇੱਛਾ ਰੱਖਦੇ ਹੋ ਕਿ ਤੁਸੀਂ ਹਜੇ ਵੀ ਆਪਣਾ ਅਜੇ ਹੀ ਰਣਨੀਤੀ ਬਣਾਈ ਹੋਈ ਹੈ ਕਿ ਤੁਸੀਂ ਕੈਨੇਡਾ ਹੀ ਆਉਣਾ ਹੈ ਤਾਂ ਫਿਰ ਤੁਹਾਨੂੰ ਦੁਬਾਰਾ ਤੋਂ ਅਪਲਾਈ ਕਰਨਾ ਪਵੇਗਾ ਯਾਨੀ ਕਿ ਸ਼ੁਰੂਆਤ ਤੋਂ ਪੀਆਰ ਦੀ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪਵੇਗਾ ਜਿਸ ਕਰਕੇ ਇਹ ਜ਼ਰੂਰੀ ਤੌਰ ਦੇ ਉੱਤੇ ਧਿਆਨ ਰੱਖਿਆ ਜਾਵੇ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਵੀ ਹੋ ਕਿ ਉਸ ਦੀ ਕੋਪੀਆਰ ਐਕਸਪਾਇਰ ਹੋ ਗਈ ਸੀ ਜੋ ਪੀਆਰ ਦੇ ਵਾਸਤੇ ਜੋ ਕਨਫਰਮੇਸ਼ਨ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਸ ਉਹਨਾਂ ਨੂੰ ਤੁਸੀਂ ਅੱਗੇ ਤੋਂ ਅੱਗੇ ਜਾਣਕਾਰੀ ਦੇ ਸਕਦੇ ਹੋ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜੀ ਈਮੇਲ ਆਵੇਗੀ ਉਸ ਨੂੰ ਅਣਗੌਲਿਆ ਨਾ ਕੀਤਾ ਜਾਵੇ ਉਸ ਈਮੇਲ ਦਾ ਜਵਾਬ ਦਿੱਤਾ ਜਾਵੇ ਜਿਸ ਤੋਂ ਬਾਅਦ ਕੋਪੀਆਰ ਦਾ ਡਾਕੂਮੈਂਟ ਦੁਬਾਰਾ ਤੋਂ ਮਿਲ ਸਕਦਾ ਹੈ ਤੇ ਫਿਰ ਉਹ ਸੁਖਾਲੇ ਤਰੀਕੇ ਨਾਲ ਕੈਨੇਡਾ ਵਿੱਚ ਦਾਖਲ ਹੋ ਸਕਦੇ ਨੇ ਤੇ ਕੈਨੇਡਾ ਵਿੱਚ ਫਿਰ ਉਹਨਾਂ ਨੂੰ ਪੀਆਰ ਕਾਰਡ ਮਿਲ ਸਕਦਾ ਹੈ